EDID کلب ਪੰਜਾਬ ਦੇ ਵੱਲੋਂ 11ਵਾਂ ਜਸਪਾਲ ਪਠੀ ਐਵਾਰਡ 22 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਕਫੋ ਖੇਤਰਾਂ ਵਿੱਚ ਮੱਲਾ ਮਾਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਇਹ ਜਾਣਕਾਰੀ ਦਿੰਦਿਆਂ کلب ਦੇ ਪ੍ਰਧਾਨ ਅਤੇ ਫਿਲਮੀ ਅਦਾਕਾਰ ਡਾਕਟਰ ਰਾਜਿੰਦਰ ਰੇਖੀ ਅਤੇ ਸੀਨੀਅਰ ਮਿਤ ਪ੍ਰਧਾਨ ਤਵਨੀ ਮਹਿਰਾ ਨੇ ਦੱਸਿਆ ਕਿ ਇਸ ਵਾਰ ਲਾਈਫ ਟਾਈਮ ਅਚੀਵਮੈਂਟ ਐਵਾਰਡ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ ਸਰਵੋਤਮ ਹਾਸ ਵਿਅੰਗਕਾਰ ਸੁਗਲੀ ਚੁਗਲੀ ਜੋੜੀ ਕਲਮ ਦਾ ਧਨੀ ਪ੍ਰਸਿੱਧ ਲੇਖਕ ਬਲਬੀਰ ਪਰਵਾਨਾ ਮੋਸਟ ਵੈਲਿਊਏਬਲ ਪਲੇਅਰ ਹਾਕੀ ਖਿਡਾਰੀ ਤੇਜਵੀਰ ਸਿੰਘ ਹੁੰਦਲ ਪੀਪੀਐਸ ਹਸਦਾ ਮੁਖੜਾ ਹਿਮਾਚਲ ਪ੍ਰਦੇਸ਼ ਤੋਂ ਸ਼ਿਵਾਨੀ ਕੌਸ਼ਲ ਹਰਫਨ ਮੋਲਾ ਅਦਾਕਾਰ ਸੁਦੇਸ਼ ਵਿੰਕਲ ਆਊਟਸਟੈਂਡਿੰਗ ਅਚੀਵਰ ਯਾਕੂਬ ਅਤੇ ਬਸਖਰੀ ਪੰਜਾਬ ਦੇ ਅਵਾਰਡ ਟਵਿਨ ਬ੍ਰਦਰਸ ਨੂੰ ਦਿੱਤਾ ਜਾ ਰਿਹਾ ਹੈ ਇਸ ਮੌਕੇ ਡਾਕਟਰ ਰਿਖੀ ਨੇ ਦੱਸਿਆ ਕਿ ਹਰ ਸਾਲ ਵਕਫਾ ਖੇਤਰਾਂ ਵਿੱਚ ਮੱਲਾ ਮਾਰਨ ਵਾਲੇ ਵਿਅਕਤੀਆਂ ਨੂੰ ਕਲੱਬ ਦੇ ਵੱਲੋਂ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਹ ਸਾਰਾ ਐਵਾਰਡ ਸਮਾਰੋਹ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਦੇ ਜਤਿੰਦਰ ਬਰਾਰ ਕਲੱਬ ਦੇ ਪੈਟਰਨ ਸ਼ਮੀ ਚੌத்ਰੀ ਦੀ ਦੇਖਰੇਖ ਹੇਠ ਕਰਵਾਇਆ ਜਾਂਦਾ ਹੈ। ਇਸ ਐਵਾਰਡ ਫੰਕਸ਼ਨ ਲਈ ਕੋਈ ਐਂਟਰੀ ਫੀਸ ਨਹੀਂ ਹੈ। ਐਂਟਰੀ ਫ੍ਰੀ ਰੱਖੀ ਗਈ ਹੈ। ਇਸ ਮੌਕੇ ਖਿਆਤੀ ਮੈਰਾ ਸਰ ਡਾਂਸ ਅਕੈਡਮੀ ਨਵੀਨ ਬਜਾਜ ਅਟ ਸਵਪਨ ਰਾਣੂ ਵੱਲੋਂ ਆਪਣੀ ਕਲਾ ਦੇ ਜ਼ੋਹਰ ਵਿਖਾਏ ਜਾਣਗੇ ਪ੍ਰੋਗਰਾਮ ਪ੍ਰਸਿੱਧ ਕਮੇਡੀਅਨ ਕਵਲਜੀਤ ਸਿੰਘ ਇਸ ਅਵਾਰਡ ਸਮਾਰੋਹ ਦਾ ਸੰਚਾਲਨ ਕਰਨਗੇ ਇਸ ਮੌਕੇ ਫਿਲਮੀ ਅਦਾਕਾਰ ਅਰਵਿੰਦਰ ਪਠੀ ਡਾਕਟਰ ਕੇ ਐਸ ਪਾਰਸ ਹਰਿੰਦਰ ਪਾਲ ਸਿੰਘ ਟੀਕਾ ਨਾਰਵੇ ਕੁਲਵਿੰਦਰ ਸਿੰਘ ਬੂਟਰ ਦੀਪਕ ਮਹਿਰਾ ਸੰਜੀਵ ਪੰਡਾਰੀ ਸ਼ਿਵਰਾਜ ਸਿੰਘ ਦਵਿੰਦਰ ਪੰਗੂ ਅਤੇ ਹੋਰ ਮੈਂਬਰ ਆਦ ਹਾਜ਼ਰ ਸਨ ਜੈ ਹਿੰਦ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਰਜਿੰਦਰ ਕੀ ਈਡੀਟ ਤੇ ਇੱਕ ਵਾਰ ਫਿਰ ਅਸੀਂ ਤੁਹਾਡੇ ਰੂਬਰੂ ਪੇਸ਼ ਹੋ ਰਹੇ ਹਾਂ 22 ਫਰਵਰੀ ਨੂੰ ਪੰਜਾਬ ਨਾਲ ਸ਼ਲਾ ਅਮਰਸਰ ਦੇ ਵਿੱਚ ਜਿੱਥੇ ਕਿ ਈਡੀਟ ਕਲੱਬ ਵੱਲੋਂ 11ਵਾਂ ਜਸਪਾਲ ਪੱਟੀ ਅਵਾਰਡ ਸਮਾਰੋਹ ਕਰਵਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਸ਼ੋਅ ਦੇ ਵਿੱਚ ਬਹੁਤ ਹੀ ਨਾਮੀ ਕਲਾਕਾਰ ਅਤੇ ਹੋਰ ਵੱਖ-ਵੱਖ ਆਪਣੇ ਜਿਹੜੇ ਖੇਤੇ ਨੇ ਉਹਨਾਂ ਦੇ ਵਿੱਚੋਂ ਨਾਮੀ ਹਸਤੀਆਂ ਜਿਹੜੀਆਂ ਇਹਦਾ ਸ਼ਿੰਗਾਰ ਬਣਨ ਗਈਆਂ ਔਰ ਤਾਨੂੰ ਖੁਲਾਸਾ ਦਿਆ ਕਿ 22 ਤਰੀਕ ਨੂੰ ਬੁੱਧਵਾਰ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਤੁਸੀਂ ਆਪਣੇ ਕੰਮਾਂ ਕਾਰੋ ਐ ਬਿਲਕੁਲ ਫ੍ਰੀ ਹੋ ਕੇ ਉਸ ਸ਼ੋਹਦਾ ਹਿੱਸਾ ਬਣ ਸਕਦੇ ਆਂ ਆਨੰਦ ਮਾਣ ਸਕਦੇ ਆਂ ਉਸ ਸ਼ੋਹਦਾ ਕੋ ਇਥੇ ਐਂਟਰਟੇਨਮੈਂਟ ਵੀ ਹੋਏਗਾ ਸਨਮਾਨ ਸਮਾਰੋ ਵੀ ਹੋਏਗਾ ਔਰ ਕੁਛ ਇਧਰ ਉਧਰ ਦੀਆਂ ਜਿਹੜੀਆਂ ਤੁਹਾਨੂੰ ਹਾਸੇ ਹਸਾਉਣ ਵਾਲੀਆਂ ਜਿਹੜੀਆਂ ਉਹ ਗੱਲਾਂ ਬਾਤਾਂ ਵੀ ਹੋਣਗੀਆਂ ਸੋ ਯਾਦ ਰੱਖੋ 22 ਫਰਵਰੀ ਦਿਨ ਬੁੱਧਵਾਰ ਪੰਜਾਬ ਨਾਅਸ਼ਾਲਾ ਆਪੋਜੀਟ ਖਾਲਸਾ ਕਾਲਜ ਤੜੀ ਸਾਰਿਆਂ ਦੀ ਉਡੀਕ ਰਹੇਗੀ ਔਰ ਇਸ ਪ੍ਰੋਗਰਾਮ ਨੂੰ ਬਹੁਤ ਹੀ ਵਧੀਆ ਨਿਰਦੇਸ਼ਨਾ ਦੇ ਵਿੱਚ ਕਰਵਾ ਰਹੇ ਨੇ ਸਾਡੇ ਇਡੀਟ ਕਲਬ ਦੇ ਜੋ ਸੀਨੀਅਰ ਵਾਈਸ ਪ੍ਰੈਜਿਡੈਂਟ ਨੇ ਮੈਡਮ ਦਿਵਨੀ ਮਹਿਰਾਜੀ ਸੋ ਸਾਰਿਆਂ ਨੂੰ ਖੁੱਲਾ ਸੱਦਾ ਆ 22 ਫਰਵਰੀ ਨੂੰ ਬਹੁਤ ਹੀ ਟੈਂਸਰ ਕੋਗਿਆ ਅਮਰਸਰ ਦੇ ਵਿੱਚ ਅੱਜ ਕੱਲ ਜਾਮ ਬਹੁਤ ਜ਼ਿਆਦਾ ਲੱਗ ਰਿਹਾ ਔਰ ਇਹ ਸ਼ੋ ਦਾ ਟਾਈਮ ਹੋਏਗਾ 4:07 ਤੁਸੀਂ ਆਪਣੀਆਂ ਸੀਟਾਂ ਜਿਹੜੀਆਂ ਉਹ 3:30 ਵਜੇ ਤੱਕ ਆਣ ਕੇ ਉੱਥੇ ਕਾਬੂ ਕਰ ਸਕਦੇ ਜੀ ਔਰ ਇਹ ਸ਼ੋ ਦਾ ਹਿੱਸਾ ਬਣ ਸਕਦੇ ਜੀ ਧੰਨਵਾਦ ਦੋਸਤੋ ਜੈ ਹਿੰਦ